मैं सरवण सिंह पंधेर किसान मजदूर संघर्ष कमेटी तो बोलदा जी। जिहड़ा मुख्यमंत्री पंजाब ने अज बयान दिता वा, एक घटना नूं आधार बनाया, नाड़ नूं अग छड़क दे नेड़े लाई, उहदे करके एक राहगीर उस अग की लपेट विच आ के उहदी मौत हो गई। उहदा असीं समर्थन नहीं करदे, उस मौत ते अफसोस हैगा। कानून नूं अपनी कार्रवाई करनी चाहीदी है, पर मुख्यमंत्री पंजाब ने एक घटना नूं आधार बना के जिवें पंजाब दीआं किसानां मजदूरां दीआं सारीआं जथेबंदियां दे खिलाफ जहर उगलिया वा, उहनां दे मन 'च जिवें साडे प्रति नफरत पल रही आ, उह सामणे आ गई आ। क्योंकि सरकार ने जिहड़े वादे कीते आ, जिहड़ियां सरकार दीआं गलत नीतियां, असीं उहनां दी आलोचना लगातार कर रहे हैगे आ। जे आप दे मंत्रियां ते इल्जाम लग रहे ने, ਉਹ ਭ੍ਰਿਸ਼ਟਾਚਾਰ ਦੇ ਮੁੱਦੇ 'ਚ ਫਸ ਰਹੇ ਨੇ, ਅਤੇ ਕੀ ਅਸੀਂ ਸਾਰੀ ਆਪ ਨੂੰ ਮਾੜਾ ਕਹਿ ਦਈਏ? ਇਹ ਆਧਾਰ ਰੱਖੀਏ ਵੀ ਗਾਂ ਇਹ ਕਰਨਾ ਹੈਗਾ। ਐਂ ਲੱਗਦਾ ਵੀ ਜਿਵੇਂ ਕਿਸੇ ਨਗਰ ਦੇ ਵਿੱਚ ਗਲੀ ਦੇ ਵਿੱਚ ਦੋ ਆਂਢੀ ਗਵਾਂਢੀ ਲੜ ਰਹੇ ਆ, ਉਹੋ ਜਿਹੀ ਭਾਸ਼ਾ ਵਰਤੀ ਆ ਮੁੱਖ ਮੰਤਰੀ ਪੰਜਾਬ ਨੇ ਸਾਡੇ ਪ੍ਰਤੀ। ਜਿਹੜੀ ਦੀਪ ਮਲਹੋਤਰੇ ਜੀ ਦੀ ਫੈਕਟਰੀ ਸੀ, ਉਹ ਪੂਰੇ ਪੰਜਾਬ ਦੇ ਅੰਦੋਲਨ ਕਰਕੇ ਉਹਦੇ ਸੈਂਪਲ ਪ੍ਰਦੂਸ਼ਣ ਰੋਕਥਾਮ ਬੋਰਡ ਦਾ ਕਰਕੇ ਜਦੋਂ ਫੇਲ ਹੋਏ, ਉਹ ਬੰਦ ਕਰਨੀ ਪਈ ਆ। ਮੁੱਖ ਮੰਤਰੀ ਪੰਜਾਬ ਦੀ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਅਮਰ ਕਲਰ ਰੰਗ ਫੈਕਟਰੀ ਜਿਹੜੀ ਪੂਰੇ ਪੰਜਾਬ ਵਿੱਚ ਲੱਗ ਨਹੀਂ ਸਕਦੀ, ਸਮੁੰਦਰਾਂ ਦੇ ਬੰਦਰਗਾਹਾਂ 'ਤੇ ਲੱਗਦੀ, ਉਹ ਅੱਜ ਚੱਲ ਰਹੀ ਆ। ਬਥੇਰੀ ਇੰਡਸਟਰੀ ਜ਼ਮੀਨ ਵਿੱਚ ਗੰਦਾ ਪਾਣੀ ਪਾ ਰਹੀ ਆ। ਅਸੀਂ ਇੰਡਸਟਰੀ ਦੇ ਵਿਰੁੱਧ ਨਹੀਂ ਹੈਗੇ, ਅਸੀਂ ਚਾਹੁੰਦੇ ਹਾਂ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਕਾਨੂੰਨ ਲਾਗੂ ਕੀਤੇ ਜਾਣ। ਔਰ ਜਿਵੇਂ ਸਾਡੇ ਖਿਲਾਫ ਜ਼ਹਿਰ ਉਗਲਿਆ ਵਾ, ਇਹ ਵਾਜਬ ਨਹੀਂ ਹੈਗਾ। ਇੰਨਾ ਜ਼ੋਰ ਕਿਤੇ ਜਿੰਨਾ ਐਡਵਰਟਾਈਜ਼ਮੈਂਟ 'ਤੇ ਦਿੱਤਾ ਕਿਸਾਨਾਂ ਮਜ਼ਦੂਰਾਂ ਨੂੰ ਅਵੇਅਰ ਕਰਨ ਵਾਸਤੇ ਜਾਂ ਨਾੜ ਨੂੰ ਗਾਲਣ ਵਾਸਤੇ ਢੈਂਚਾ ਦੇ ਕੇ ਕੋਈ ਪ੍ਰਸੋਹਨ ਕਰਾ ਕੇ ਕੀਤਾ ਜਾਂਦਾ ਤਾਂ ਸ਼ਾਇਦ ਮਸਲੇ ਦਾ ਹੱਲ ਹੋ ਜਾਣਾ ਸੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਸਾਨ ਆਗੂ ਹਰਪ੍ਰੀਤ ਸਿੰਘ ਮਿੱਠਾ। ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਬਿਆਨ, ਬਹੁਤ ਹੀ ਸ਼ਰਮਨਾਕ ਬਿਆਨ ਆਇਆ ਕਿ ਜਿਹੜੀ ਇੱਕ ਕਿਸਾਨ ਵੱਲੋਂ ਅੱਗ ਲਗਾਈ ਗਈ ਸੜਕ ਦੇ ਕਿਨਾਰੇ, ਤਾਂ ਇੱਕ ਜਾਨ ਗਈ ਹੈ, ਉਸਦਾ ਅਫਸੋਸ ਹੈ। ਸੋ ਉਸਦੀ ਕਾਨੂੰਨੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਆ, ਪਰ ਜਿਹੜਾ ਉਸਨੂੰ ਆਧਾਰ ਬਣਾ ਕੇ ਤੁਸੀਂ ਕਿਸਾਨ ਜਥੇਬੰਦੀਆਂ ਦੇ ਖਿਲਾਫ ਜਿਹੜਾ ਜ਼ਹਿਰ ਉਗਲ ਰਹੇ ਹੋ ਕਿ ਕਿਸਾਨ ਜਥੇਬੰਦੀਆਂ ਕਿੱਥੇ ਨੇ, ਨਾੜ ਨੂੰ ਅੱਗ ਲਵਾ ਰਹੀਆਂ, ਇਹ ਜ਼ਿੰਮੇਦਾਰੀ ਕਿਸ ਦੀ ਹੈ ਜਿਹੜੀ ਜਾਨ ਗਈ ਹੈ? ਸੋ ਭਗਵੰਤ ਮਾਨ ਸਾਹਿਬ, ਜੇ ਤੁਸੀਂ ਜ਼ਿੰਮੇਦਾਰੀਆਂ ਗਵਾਉਣ ਲੱਗ ਪਏ ਹੋ ਤਾਂ ਫਿਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਵੀ ਦੱਸੋ ਨਾ ਕਿ ਅੱਜ ਪੰਜਾਬ ਦੀ ਜਵਾਨੀ ਜਿਹੜੀ ਆ, 15-15, 13-13, 14-14 ਸਾਲਾਂ ਦੇ ਜਿਹੜੇ ਨੌਜਵਾਨ ਨਸ਼ੇ ਨਾ ਮਰ ਰਹੇ ਆ, ਉਹ ਕਿਸ ਦੀ ਜ਼ਿੰਮੇਦਾਰੀ ਆ? ਪੰਜਾਬ ਦੇ ਮੁੱਖ ਮੰਤਰੀ ਕੌਣ ਆ? ਪੰਜਾਬ ਦਾ ਕਿਸਾਨ ਜਿਹੜਾ ਫਾਹੇ ਲੈ ਰਿਹਾ, ਕਰਜ਼ੇ ਦੇ ਨਾਲ ਮਰ ਰਿਹਾ, ਮਜ਼ਦੂਰ ਜਿਹੜਾ ਮਰ ਰਿਹਾ, ਲੋਕ ਇਲਾਜ ਦੁੱਖੋਂ ਮਰ ਰਹੇ ਆ, ਉਹ ਜ਼ਿੰਮੇਦਾਰੀ ਕਿਸ ਦੀ ਆ? ਨਕਲੀ ਸ਼ਰਾਬਾਂ ਜਿਹੜੀਆਂ ਬਣ ਰਹੀਆਂ, ਉਸ ਦੀ ਜ਼ਿੰਮੇਦਾਰੀ ਕਿਸ ਦੀ ਆ? ਜਿਹੜਾ ਫੈਕਟਰੀਆਂ ਵੱਲੋਂ ਗੰਦਾ ਪਾਣੀ ਪਾਇਆ ਜਾ ਰਿਹਾ ਨਹਿਰਾਂ ਦੇ ਵਿੱਚ, ਧਰਤੀ ਦੇ ਵਿੱਚ, ਉਸ ਦੀ ਜ਼ਿੰਮੇਦਾਰੀ ਕਿਸ ਦੀ ਆ? ਜਿਹੜੀ ਪੰਜਾਬ ਦੀ ਪੁਲਿਸ ਨੂੰ ਤੁਸੀਂ ਦਿੱਲੀ ਭੇਜਿਆ, ਉਹ ਜ਼ਿੰਮੇਦਾਰੀ ਕਿਸ ਦੀ ਆ? ਇੱਥੇ ਲੋਕਾਂ ਦੀ ਜਿਹੜੀ ਆ ਰੱਖਿਆ ਜ਼ਰੂਰੀ ਸੀ ਜਾਂ ਤੁਹਾਡੇ ਕੇਜਰੀਵਾਲ ਦੀ ਜ਼ਰੂਰੀ ਸੀ? ਇਹ ਜਿਹੜੀ ਇੱਕ ਘਟਨਾ ਨੂੰ ਆਧਾਰ ਬਣਾ ਕੇ ਤੁਸੀਂ ਕਿਸਾਨ ਜਥੇਬੰਦੀਆਂ ਤੋਂ ਜ਼ਹਿਰ ਉਗਲ ਰਹੇ ਹੋ ਨਾ, ਇਹ ਬਹੁਤ ਗਲਤ ਬਿਆਨ ਆ ਤੁਹਾਡਾ ਮੁੱਖ ਮੰਤਰੀ ਸਾਹਿਬ। ਜ਼ਿੰਮੇਦਾਰੀਆਂ ਤੋਂ ਤੁਸੀਂ ਭੱਜੇ ਹੋ। ਅਸੀਂ ਅੱਜ ਵੀ ਕਹਿ ਰਹੇ ਹਾਂ ਕਿ ਜਿਸ ਨੇ ਗਲਤੀ ਕੀਤੀ ਆ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇ। ਪਰ ਜਿਹੜਾ ਤੁਸੀਂ ਕਦੇ ਇਹ ਨਹੀਂ ਪੁੱਛਿਆ ਵੀ ਜਿਹੜੀ ਅੱਗ ਲਾ ਰਹੇ ਆ ਕਿਸਾਨ ਕਿਉਂ ਲਾ ਰਹੇ ਆ, ਕੀ ਮਜਬੂਰੀ ਆ, ਕੀ ਦੇ ਰਹੇ ਆ ਤੁਸੀਂ ਸਾਨੂੰ, ਇਹ ਦੱਸੋ ਪਹਿਲਾਂ ਕਿਸਾਨਾਂ ਨੂੰ ਕੀ ਮਿਲ ਰਿਹਾ ਫਾਹੇ? ਸੋ ਤੁਹਾਡੇ ਜਿਹੜਾ ਕਾਰਜਕਾਲ ਦੇ ਵਿੱਚ ਇੱਕ ਸਾਲ ਹੋਇਆ, ਇੱਕ ਸਾਲ ਦੇ ਵਿੱਚ ਜਿਹੜਾ ਤੁਸੀਂ ਨਾਕਾਮ ਰਹੇ ਹੋ, ਤੁਹਾਡੀਆਂ ਨਾਕਾਮੀਆਂ ਇੰਨੀਆਂ ਕਾ ਕਿ ਤੁਹਾਨੂੰ ਜੇ ਗਣਾਉਣ ਲੱਗ ਪਈਏ ਤਾਂ ਤੁਸੀਂ ਸ਼ਾਇਦ ਸਾਹਮਣੇ ਬੈਠੇ ਹੋਵੋ ਤਾਂ ਉੱਠ ਕੇ ਹੀ ਚਲੇ ਜਾਵੋ। ਸੋ ਇਹ ਬਿਲਕੁਲ ਜਿਹੜਾ ਬਿਆਨ ਤੁਹਾਡਾ ਗਲਤ ਆ। ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋਣਾ ਚਾਹੀਦਾ ਇਸ ਮਸਲੇ 'ਤੇ। ਸੋ ਇਕੱਠੇ ਹੋ ਕੇ ਰਹੀਏ ਤਾਂ ਹੀ ਇਹ ਸਰਕਾਰਾਂ ਆਪਣੇ ਕੋਲ ਡਰਦੀਆਂ ਰਹਿਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਲਵੀਰ ਸਿੰਘ ਬਾਜਵਾ, ਬੀਕੇਯੂ ਤਪੋਂਦਾ, ਜ਼ਿਲ੍ਹਾ ਕਪੂਰਥਲਾ ਤੋਂ ਪ੍ਰੈਸ ਸੈਕਟਰੀ ਬੋਲ ਰਿਹਾ। ਅੱਜ ਇੱਕ
पंजाब के मुख्यमंत्री सरदार भगवंत सिंह जी मान का बयान आया किसान जथेबंदियों के सारिया के खिलाफ। किसान जथेबंदियों के खिलाफ उन्होंने बहुत वड्डा एक जहर उगलिया और वो की कारण सीगा, कारण ये सीगे असीं अपने सारे किसान भरावां नूं भी ये बेनती कर रहे हैं कि किसान भराओ कणकां दे वड्डां नूं तुसीं अग ना लाओ, कोई अपना अल्टरनेटर आप लगो। अज एक बहुत ही मदभागी घटना वापरी जिहदे विच अग दी लपेट ते लाई सी, अग दी लपेट विच कोई इंसान एक आदमी लंघदा होया उहदी लपेट विच आ के झुलस गया, उहदी मौत हो गई आ और बहुत दुख होया इस चीज़ का। असीं इस चीज़ का सारे ही दुख प्रगटाउंदे आ। असीं अपने किसान भरावां नूं हाथ जोड़ के बेनती करदे हां कि अग्गा ना लाओ भरावो, कणक नूं अग्गा ना लाओ। कोई सरकार दे कोलों असीं मंगां करांगे कोई सरकार साडा कोई अल्टरनेटर कढे, पर असीं फिर भगवंत मान जी नूं कहांगे कि असीं साडियां जथेबंदियां दे खिलाफ बहुत ज़्यादा जहर उगलिया, ये ठीक नहीं है। तुहाडे मंत्री तुहाडे किन्ने मंत्रियों के विचों जो भी तुहाडे एम एल ए कई गलत एम एल ए और गलत मंत्री आ, तुसीं जे इन्ने ही सच्चे सुच्चे हो तो उन्हां नूं भी कढ के बाहर मारो। जिवें तुसीं जथेबंदियों के खिलाफ बोले हो इस तरह तुसीं उन्हां नूं भी बाहर कढो, असीं फिर देखिए कि तुसीं वाकया ही पंजाब हताशी हो। वाहिगुरू जी का खालसा, वाहिगुरू जी।